ਇਹਦੇ ਬਾਰੇ ਸਾਨੂੰ ਦੱਸੋ ਕਿ ਕੀ ਚੀਜ਼ ਹੈ, ਕੀ ਇਸ ਦੀ ਸਾਡੀ ਰਵਾਇਤ ਹੈ। ਕਵਾਲੀ ਜਿਹੜੀ ਹੈ ਨਾ, ਸਾਡੀ ਰਵਾਇਤ ਚੱਲੀ ਆ ਰਹੀ, ਇਹ 1000 ਸਾਲ ਪਹਿਲੇ ਪੁਰਾਣੀ ਚੀਜ਼ ਹੈ। ਕਿਉਂਕਿ ਸਾਡੇ ਬੜੇ ਬਹੁਤ ਵੱਡੇ ਬਜ਼ੁਰਗ ਹੋਏ ਆ, ਹਜ਼ਰਤ ਦਾਦਾ ਗੰਜ ਬਖਸ਼ ਰਹਿਮਤੁੱਲਾਹ ਅਲੈਹ, ਉਹਨਾਂ ਨੂੰ 1000 ਸਾਲ ਹੋ ਗਏ। ਉਹਨਾਂ ਨੇ ਕਸ਼ਫੁਲ ਮਾਜੂਬ, ਉਹਨਾਂ ਦੀ ਬੜੀ ਮਸ਼ਹੂਰ ਕਿਤਾਬ ਹੈ, ਉਹਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ। ਕਿਉਂਕਿ ਇਹ ਕਵਾਲੀ ਜਿਹੜੀ ਸੀ ਨਾ, ਇਹ ਇਰਾਨ, ਇਰਾਕ, ਤੁਰਕੀ, ਅਫਗਾਨਿਸਤਾਨ ਇਹਨਾਂ ਇਲਾਕਿਆਂ ਦੇ ਵਿੱਚ ਹੁੰਦੀ ਸੀ ਪਹਿਲੇ। ਅਤੇ ਉੱਥੇ ਦੀਆਂ ਜਿਹੜੀਆਂ ਜ਼ਬਾਨਾਂ ਸੀ, ਮਿਸਾਲ ਦੇ ਤੌਰ 'ਤੇ ਅਰਬੀ ਜਾਂ ਫਾਰਸੀ, ਉਹਦੇ ਵਿੱਚ ਹੁੰਦੀ ਸੀ। ਇਹਦੇ ਵਿੱਚ ਅਕਸਰ ਆਰਫਾਨਾ ਕਲਾਮ ਜਾਂ ਅੱਲਾਹ ਤਾਲਾ ਦੀ ਸਿਫਤੋ ਸਨਾ, ਨਾਜ਼ ਸ਼ਰੀਫ, ਆਰਫਾਨਾ ਕਲਾਮ ਇਹ ਗਾਇਆ ਜਾਂਦਾ ਸੀ ਪਹਿਲੇ ਫਾਰਸੀ ਦੇ ਵਿੱਚ, ਇਹਦਾ ਹੁੰਦਾ ਸੀ ਸਾਰਾ। ਉਸ ਤੋਂ ਬਾਅਦ ਜਦੋਂ ਹਿੰਦੁਸਤਾਨ ਦੇ ਵਿੱਚ ਆਈ, ਬਜ਼ੁਰਗ ਫਿਰ ਜਿਹੜੇ ਤਬਲੀਗ ਕਰਨ ਵਾਸਤੇ ਆਏ ਨਾ ਇਸਲਾਮ ਦੀ, ਤੋ ਫਿਰ ਨਾਲ ਹੀ ਖਾਜਾ ਮੋਇਨੁੱਦੀਨ ਚਿਸ਼ਤੀ ਅਫਗਾਨਿਸਤਾਨ ਦੇ ਵਿੱਚੋਂ ਆਏ, ਤਸ਼ਰੀਫ ਲੈ ਕੇ ਆਏ ਹਿੰਦੁਸਤਾਨ 'ਚ, ਅਜਮੇਰ ਸ਼ਰੀਫ ਦੇ ਵਿੱਚ। ਉੱਥੇ ਵੀ ਆ ਕੇ, ਕਿਉਂਕਿ ਉਸ ਵਕਤ ਦੇ ਵਿੱਚ ਬੜਾ ਹਿੰਦੁਸਤਾਨ ਜਿਹੜਾ ਸੀ ਨਾ, ਉਹ ਬੜਾ ਇੱਕ ਤਹਿਜ਼ੀਬ ਦਾ ਗੜ੍ਹ ਸੀ, ਉਹਦੇ ਵਿੱਚ ਆਪਨੇ ਆ ਕੇ ਦੇਖਿਆ ਵੀ ਇਹਦੇ ਵਿੱਚ ਲੋਕਾਂ ਨੂੰ ਮੌਸੀਕੀ ਨਾਲ ਰਕਸੋ, ਮੌਸੀਕੀ ਦੇ ਨਾਲ ਉਹਨਾਂ ਨੂੰ ਜ਼ਿਆਦਾ ਲਗਾਓ ਹੈ। ਆਪਨੇ ਫਿਰ ਇਹਦੇ ਵਿੱਚ ਇਹਦੇ ਜ਼ਰੀਏ ਕਾਫੀ ਲੋਕਾਂ ਨੂੰ ਆਪਣਾ ਇਸਲਾਮ ਦੇ ਉੱਤੇ ਸ਼ਰਬਾ ਇਸਲਾਮ ਕੀਤਾ। ਉਹਨਾਂ ਨੇ ਉਹਨਾਂ ਨੂੰ ਕਵਾਲੀ ਜਿਹੜੀ ਸੀ ਨਾ, ਉਹਦਾ ਸਹੀ ਮਕਸਦ ਉਸ ਵੇਲੇ ਨੂੰ ਸਮਾਂ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਮੁਰੀਦ ਸੀ, ਖਾਜਾ ਕੁਤਬੁੱਦੀਨ ਬਖਤਿਆਰ ਕਾਕੀ ਜਾਂ ਬਾਬਾ ਫਰੀਦਉਦੀਨ ਗੰਜਸ਼ਕ ਜਾਂ ਖਾਜਾ ਨਿਜ਼ਾਮਉਦੀਨ ਔਲੀਆ, ਹਜ਼ਰਤ ਅਮੀਰ ਖੁਸਰੋ, ਹਜ਼ਰਤ ਅਲਾਉਦੀਨ ਅਲੀ ਅਹਿਮਦ ਸਾਬਰ, ਇਹਨਾਂ ਲੋਕਾਂ ਨੇ ਬੜਾ ਕਵਾਲੀ ਦਾ ਚਿਸ਼ਤੀ ਸਿਲਸਿਲੇ 'ਚ ਬੜਾ ਇਹਦਾ ਪ੍ਰਚਾਰ ਹੋਇਆ। ਤਾਂ ਖਾਸ ਤੌਰ 'ਤੇ ਹਜ਼ਰਤ ਅਮੀਰ ਖੁਸਰੋ, ਉਹਨਾਂ ਦੀ ਬੜੀ ਇਸ ਬਾਰੇ ਦੇ ਵਿੱਚ ਕੰਟਰੀਬਿਊਸ਼ਨ ਹੈ, ਔਰ ਉਹਨਾਂ ਨੇ ਇਹਦੇ ਵਿੱਚ ਬਹੁਤ ਹੀ ਉਹਦਾ ਉਹਨਾਂ ਦਾ ਅਮਲ ਦਖਲ ਹੈ। ਇਹਦੇ ਵਿੱਚ ਨਵੀਆਂ ਇਖਤਰਾਵਾਂ ਕੀਤੀਆਂ ਉਹਨਾਂ ਨੇ ਕਵਾਲੀ ਤੋਂ। ਉਸ ਤੋਂ ਪਹਿਲੇ ਇਹਦਾ ਨਾਮ ਜਿਹੜਾ ਸੀ ਨਾ, ਉਹ ਸਮਾਂ ਸੀ, ਉਹਨਾਂ ਦੇ ਦੌਰ 'ਚ ਕਵਾਲੀ ਰੱਖਿਆ ਗਿਆ। ਔਰ ਮਜ਼ੀਦ ਉਹਨਾਂ ਨੇ ਇਖਤਰਾਵਾਂ ਇਹ ਕੀਤੀਆਂ ਵੀ ਜਿਹੜੀਆਂ ਉਸ ਤੋਂ ਪਹਿਲੇ ਇਲਾਕਾਈ ਜ਼ਬਾਨਾਂ, ਮਿਸਾਲ ਤੌਰ 'ਤੇ ਪੂਰਬੀ ਭਾਸ਼ਾ, ਉਹ ਸ਼ਾਮਿਲ ਹੋਈਆਂ ਇਹਦੇ ਵਿੱਚ ਜੀ। ਔਰ ਕਲਾਸੀਕਲ ਜਿਹੜਾ ਸੀ, ਉਹਨਾਂ ਨੇ ਅਰਬੀ ਰਾਗਾਂ ਦਾ ਮਿਕਸ ਕਰਕੇ, ਹਿੰਦੁਸਤਾਨੀ ਰਾਗ ਔਰ ਤੁਰਕੀ ਰਾਗ, ਰਾਨੀ ਰਾਗ ਉਹਨਾਂ ਵਿੱਚ ਸ਼ਾਮਿਲ ਕਰਕੇ ਨਈਆਂ ਸ਼ਕਲਾਂ, ਨਈਆਂ ਯਾਦਾਂ ਕੀਤੀਆਂ। ਇਸ ਤੋਂ ਬਾਅਦ ਉਹਨਾਂ ਨੇ ਕੌਲ, ਕਲਬਾਨਾ, ਤਰਾਨਾ, ਨਕਸ਼, ਗੁਲ, ਏਸੀਆਂ ਚੀਜ਼ਾਂ, ਔਰ ਇਸ ਤੋਂ ਇਲਾਵਾ ਸਾਜ਼ ਉਹਨਾਂ ਨੇ ਇਜਾਦ ਕੀਤੇ, ਸਿਤਾਰ, ਤਬਲਾ। ਤੋ ਉਹ ਅਸੀਂ ਜਿਸਨੇ ਵੀ ਕਵਾਲੀ ਜਿਹੜੀ ਹੈ ਨਾ, ਇਹ ਉਹਨਾਂ ਦੇ ਨਕਸ਼ੇ ਕਦਮ ਦੇ ਉੱਤੇ ਚੱਲਦੇ ਹੋਏ ਹੁੰਦੀ ਹੈ। ਅਤੇ ਅਸੀਂ ਸਾਰਾ ਉਹਨਾਂ ਨੂੰ ਆਪਣਾ ਹਜ਼ਰਤ ਅਮੀਰ ਖੁਸਰੋ ਨੂੰ ਸਾਰਾ ਆਪਣਾ ਇਸ ਚੀਜ਼ ਦਾ ਉਹਨਾਂ ਨੂੰ ਮੰਨਦੇ ਹਾਂ।